ठीक 24 घंटे के अंदर अंदर पुलिस इलाके चो तेरी लाश चकू। मेरे करैक्टर दा नाम गुग्गू है। गुग्गू नहीं रहा, गुग्गू गिल ग्रुप बन गया। ਜਿਵੇਂ ਆਪਣੇ ਪਰਸਨਲ ਮੋਟਿਵ ਜਿਹੜੇ ਹੱਲ ਕਰ ਲਈ ਉਹ ਨੌਜਵਾਨਾਂ ਦੀ ਜ਼ਿੰਦਗੀ ਨਾਲ ਖੇਡਦੀਆਂ ਨੇ, ਚਾਹੇ ਉਹ ਸਰਕਾਰਾਂ ਨੇ, ਚਾਹੇ ਉਹ ਪੋਲਿਟਿਕਸ ਆ, ਚਾਹੇ ਪ੍ਰਸ਼ਾਸਨ ਹੈ। ਇੱਕ ਕਦਮ ਉਠਾ ਥਾ ਗਲਤ ਰਾਹੇ ਸ਼ੌਕ ਨੂੰ, ਪਰ ਐਂਟਰਟੇਨਮੈਂਟ ਦਾ ਅਸੀਂ ਪੂਰਾ ਖਿਆਲ ਰੱਖਿਆ, ਕਿਉਂਕਿ ਦੇਖੋ ਥੀਏਟਰ ਵਿੱਚ ਯੂਥ ਤਾਂ ਹੀ ਆਊਗਾ। ਫੋਨ ਮੇਰਾ ਤੋਂ ਚੁੱਕਦਾ ਨਹੀਂ, ਮੈਸੇਜ ਦਾ ਜਵਾਬ ਤੂੰ ਨਹੀਂ ਦਿੰਦਾ। ਸੈਲੀਬ੍ਰੇਸ਼ਨ ਚੱਲਣਗੇ, ਮੈਸੇਜ ਜਿਹੜਾ ਉਹ ਤੋਂ ਲੈਣਾ, ਉਹ ਬੰਦੇ ਨੇ ਲੈਣਾ। ਤੇ ਤੂੰ ਕਿਹੜਿਆ ਰਹਾ ਤੇ ਤੁਰ ਪਿਆ ਮੇਰਿਆ ਬੱਚੜਿਆ। ਜਿਹੜੇ ਬੰਦੇ ਸਾਰੀ ਉਮਰ ਤੁਹਾਡਾ ਖੂਨ ਚੂਸਦੇ ਨੇ, ਜਦੋਂ ਤੁਹਾਡੇ ਵਿੱਚ ਕੁਝ ਹੀ ਨਹੀਂ ਰਹਿੰਦਾ ਤੇ ਤੁਹਾਨੂੰ ਛੱਡ ਕੇ ਚਲੇ ਜਾਂਦੇ। ਪੁਰਾਣੀਆਂ ਗੱਲਾਂ ਸੋਚਣ ਦਾ ਵੇਲਾ ਨਹੀਂ ਕਾਕੇ, ਕੁਝ ਨਵਾਂ ਕਰਨ ਦਾ ਵੇਲਾ ਹੈ। ਮੈਸੇਜ ਤੁਹਾਨੂੰ ਮਿਲੇਗਾ ਕਿ ਜਿਹੜੇ ਲੋਕ, ਜਿਹੜੇ ਪੋਲੀਟੀਸ਼ੀਅਨ ਜਾਂ ਜਿਹੜੇ ਪ੍ਰਸ਼ਾਸਨ ਦੇ ਕੁਝ ਲੋਕ ਚਿੱਚੜ ਬਣ ਕੇ ਜਵਾਨੀ ਦਾ ਖੂਨ ਚੂਸਦੇ ਨੇ, ਜਿਸ ਦਿਨ ਉਹ ਨੌਜਵਾਨ ਖਤਮ ਹੋ ਜਾਂਦੇ ਨੇ, ਚਾਹੇ ਉਹ ਦੁਨੀਆ ਤੋਂ ਚਲੇ ਜਾਂਦੇ ਨੇ, ਤਾਂ ਫਿਰ ਉਹ ਅਗਲਾ ਟਾਰਗੇਟ ਆਪਣਾ ਚੁਣ ਲੈਂਦੇ ਨੇ। ਬਾਕੀ ਤੇ ਹਥਿਆਰ ਕਿੱਥੇ ਨੇ? ਉੱਤੇ ਉਹ ਰੁੱਜ ਤੋਂ ਹਣੀ ਚੋਨਾ, ਪਰ ਇੱਕ ਦਿਨ ਜ਼ਰੂਰ ਹੋਣਗੇ। नमस्कार, हर सच्ची खबर दे नाल तुसी देख रहे हो तुहाडा अपना चैनल स्मार्ट इंडिया डायल। पंजाबी फिल्म मरजाने दे कलाकारां ने फिल्म रिलीज़ होने बारे दित्ती जानकारी। मरजाने दी स्टार कास्ट गुग्गू अते पूजा ने अपने किरदार अते फिल्म बारे जानकारी दिंदिया दस्सिया कि फिल्म नौजवानों ते बनाई गई है, जिस विच अज दे नौजवान जिस तरह गलत राह ते तुर पैंदे हन उस बारे दस्सिया गया है, किस तरह लोग नौजवानां दा अपने फायदे लई इस्तेमाल करदे हन अते उहनां नूं भटका दिंदे हन। उहनां दस्सिया कि फिल्म 10 दिसंबर नूं रिलीज़ होण जा रही है, जिस नूं अपने नेड़ले सिनेमा ਘਰਾਂ ਵਿੱਚ ਵੇਖਿਆ ਜਾ ਸਕਦਾ ਹੈ। ਆਖਿਰ ਵਿੱਚ ਉਹਨਾਂ ਆਏ ਹੋਏ ਸਾਰੇ ਪੱਤਰਕਾਰਾਂ ਦਾ ਫਿਲਮ ਦੀ ਪੂਰੀ ਟੀਮ ਵੱਲੋਂ ਧੰਨਵਾਦ ਅਦਾ ਕੀਤਾ। ਜਲੰਧਰ ਤੋਂ ਸੁਨੀਲ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਸਤਿ ਸ੍ਰੀ ਅਕਾਲ ਜੀ, ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਬਹੁਤ ਥੈਂਕ ਯੂ ਇੱਥੇ ਆਉਣ ਵਾਸਤੇ। ਮਰਜਾਣੇ ਜਿਹੜੀ ਫਿਲਮ ਹੈ, ਬਾਈ ਅਮਰਦੀਪ ਹੋਰਾਂ ਨੇ ਲਿਖੀ, ਉਹਨਾਂ ਨੇ ਡਾਇਰੈਕਟ ਕੀਤੀ, ਦੂਰੀ ਸਾਹਿਬ ਨੇ ਪ੍ਰੋਡਿਊਸ ਕੀਤੀ ਹੈ। ਮਰਜਾਣੇ ਉਹ ਵਰਡ ਆ ਜਿਹੜੀ ਹਰ ਇੱਕ ਮਾਂ ਆਪਣੇ ਪੁੱਤ ਨੂੰ ਕਹਿੰਦੀ ਹੈ, ਇੱਕ ਉਹ ਪਿਆਰ ਵਾਲਾ ਵਰਡ ਆ ਜਿਹਦੇ ਵਿੱਚ ਦੁਆਵਾਂ, ਜਿਹਦੇ ਵਿੱਚ ਲੰਮੀ ਉਮਰ ਦੀਆਂ ਬਲੈਸਿੰਗਸ ਹੁੰਦੀਆਂ ਨੇ। ਅਤੇ ਉਹਦੇ ਵਿੱਚ ਮੇਰੇ ਕਰੈਕਟਰ ਦਾ ਨਾਮ ਗੁੱਗੂ ਹੈ, ਅਤੇ ਗੁੱਗੂ ਜਿਹੜਾ ਨੌਜਵਾਨ ਹੈ, ਮਤਲਬ ਉਹ ਅੱਜ ਦੇ ਜਿਹੜੇ ਯੂਥ ਨੂੰ ਰਿਲੇਟ ਕਰਦਾ ਆ, ਜਿਹੜੀ ਮੋਰ ਓਵਰ ਸਾਡੇ ਜਿਹੜੀ ਪੰਜਾਬ ਦੀ ਜਵਾਨੀ ਆ, ਜਿਹੜੇ ਰਾਹਾਂ 'ਤੇ ਤੁਰ ਰਹੀ ਆ, ਉਹ ਇਹਨਾਂ ਰਾਹਾਂ 'ਤੇ ਜਾਣ ਪਿੱਛੇ ਕੀ ਕਾਰਨ ਨੇ, ਕਿਹੜੀਆਂ ਐਸੀਆਂ ਚੀਜ਼ਾਂ ਨੇ ਜਾਂ ਐਸੀਆਂ ਪਾਵਰਾਂ ਨੇ ਜਿਹੜੀਆਂ ਯੂਥ ਨੂੰ ਮਿਸਯੂਜ਼ ਕਰਦੀਆਂ ਨੇ ਅਤੇ ਕਿਵੇਂ ਕਿਵੇਂ ਕਰਦੀਆਂ ਨੇ, ਕਿਵੇਂ ਆਪਣੇ ਪਰਸਨਲ ਮੋਟਿਵ ਜਿਹੜੇ ਹੱਲ ਕਰ ਲਈ ਉਹ ਨੌਜਵਾਨਾਂ ਦੀ ਜ਼ਿੰਦਗੀ ਨਾਲ ਖੇਡਦੀਆਂ ਨੇ, ਚਾਹੇ ਉਹ ਸਰਕਾਰਾਂ ਨੇ, ਚਾਹੇ ਉਹ ਪੋਲੀਟਿਕਸ ਆ, ਚਾਹੇ ਪ੍ਰਸ਼ਾਸਨ ਹੈ, ਕਿਉਂਕਿ ਸਾਰੇ ਗਲਤ ਨਹੀਂ ਹੁੰਦੇ, ਬਟ ਬੜੀਆਂ ਐਸੇ ਮਤਲਬ ਐਸੇ ਪੋਲੀਟੀਸ਼ੀਅਨ ਵੀ ਹੁੰਦੇ ਨੇ, ਕੁਛ ਐਸੇ ਪ੍ਰਸ਼ਾਸਨ ਦੇ ਵਿੱਚ ਸਾਡੇ ਇਨਸਾਨ ਹੁੰਦੇ ਨੇ ਜਿਹੜੇ ਪਰਸਨਲ ਮੋਟਿਵ ਵਾਸਤੇ ਮਿਸਯੂਜ਼ ਕਰਦੇ ਆ, ਅਤੇ ਉਹਦੇ ਤੋਂ ਜਵਾਨੀ ਨੇ ਕਿਵੇਂ ਬਚਣਾ ਆ, ਉਹ ਤੁਹਾਨੂੰ ਮੈਸੇਜ ਦੇਖਣ ਨੂੰ ਮਿਲੂਗਾ। ਪਰ ਐਂਟਰਟੇਨਮੈਂਟ ਦਾ ਅਸੀਂ ਪੂਰਾ ਖਿਆਲ ਰੱਖਿਆ, ਕਿਉਂਕਿ ਦੇਖੋ ਥੀਏਟਰ ਵਿੱਚ ਯੂਥ ਤਾਂ ਹੀ ਆਊਗਾ ਜੇ ਉਹਨਾਂ ਨੂੰ ਕੁਛ ਮਤਲਬ ਅੱਖਾਂ ਨੂੰ ਦੇਖਣ ਨੂੰ ਕੁਛ ਇੰਟਰਸਟਿੰਗ ਮਿਲੂਗਾ, ਪਰ ਮੈਸੇਜ ਜਿਹੜਾ ਉਹ ਤੋਂ ਲੈਣਾ ਉਹ ਬੰਦੇ ਨੇ ਲੈਣਾ। ਜਿਵੇਂ ਦੇਖੋ ਮੈਸੇਜ ਹਰੇਕ ਚੀਜ਼ 'ਚ ਹੁੰਦਾ ਆ। ਮੈਂ ਪੈਟ ਲਵਰ ਹਾਂ, ਤੁਹਾਨੂੰ ਛੋਟੀ ਜਿਹੀ ਗੱਲ ਸੁਣਾਉਂਦਾ ਸ਼ੋਰਟ ਵਿੱਚ ਜੇ ਤੁਸੀਂ ਕਹੋ ਤਾਂ। ਅਤੇ ਪਿੱਛੇ ਜੇ ਮੇਰੇ ਜਿਹੜਾ ਇੱਕ ਪੈਟ ਸੀ ਉਹਦੇ ਖੇਤ ਦੇ ਵਿੱਚ ਸੱਪ ਰੜ ਗਿਆ ਅਤੇ ਉਹਦੀ ਡੈਥ ਹੋ ਗਈ। ਬਹੁਤ ਸ਼ੋਰਟ 'ਚ ਸੁਣਾਉਂਦਾ। ਮੈਂ ਉਹਨੂੰ ਚੁੱਕ ਕੇ ਡਾਕਟਰ ਦੇ ਲੈ ਗਿਆ। ਜਦੋਂ ਮੈਂ ਡਾਕਟਰ ਦੇ ਲੈ ਕੇ ਗਿਆ, ਡਾਕਟਰ ਕਹਿੰਦਾ ਮੈਂ 15 ਮਿੰਟ 'ਚ ਪਹੁੰਚ ਗਿਆ, ਉਹ ਨਹੀਂ ਬਚਿਆ, ਮੈਂ ਵਾਪਸ ਆਇਆ। ਜਦੋਂ ਘਰ ਆ ਕੇ ਮੈਂ ਆਪਣੇ ਪੈਟ ਨੂੰ ਮਤਲਬ ਵਿੱਚੋਂ ਉਹਨੂੰ ਮੇਰੇ ਜਾਨਵਰ ਨੂੰ ਮੈਂ ਗੱਡੀ 'ਚੋਂ ਬਾਹਰ ਕੱਢਣ ਲੱਗਾ ਤਾਂ ਮੈਂ ਦੇਖਿਆ ਕਿ ਜਿਹੜੇ ਉਹਦੇ ਬੋਡੀ ਦੇ ਉੱਪਰ ਚਿੱਚੜ ਲੱਗ ਜਾਂਦੇ ਨੇ ਜਾਂ ਪਿੱਸੂ ਲੱਗ ਜਾਂਦੇ ਨੇ, ਉਹ ਉੱਤਰ ਕੇ ਜਾ ਰਹੇ ਸੀਗੇ। ਅਤੇ ਮੈਨੂੰ ਫਿਰ ਤੋਂ ਇਹੀ ਯਾਦ ਆਇਆ ਕਿ ਸਾਡੀ ਜਿਹੜੀ ਦੁਨੀਆ ਆ, ਇਹ ਵਾਕਿਆ ਹੀ ਇੱਦਾਂ ਦੀ ਆ ਕਿ ਜਿਹੜੇ ਬੰਦੇ ਸਾਰੀ ਉਮਰ ਤੁਹਾਡਾ ਖੂਨ ਚੂਸਦੇ ਨੇ, ਜਦੋਂ ਤੁਹਾਡੇ ਵਿੱਚ ਕੁਛ ਹੀ ਨਹੀਂ ਰਹਿੰਦਾ ਤੇ ਤੁਹਾਨੂੰ ਛੱਡ ਕੇ ਚਲੇ ਜਾਂਦੇ ਨੇ। ਇਹ ਸਾਡੀ ਮਰਜਾਣੀ ਵਿੱਚ ਉਹ ਵੀ ਇੱਦਾਂ ਦੀ ਆ, ਜਿਹੜੀ ਜਵਾਨੀ ਨੂੰ ਚਿੱਚੜ ਚੁੰਬੜੇ ਹੋਏ ਆ, ਜਿਹੜੇ ਜਵਾਨੀ ਨੂੰ ਚੂਸ ਰਹੇ ਨੇ, ਖਾ ਰਹੇ ਨੇ। ਇਹ ਮੈਂ ਤੁਹਾਨੂੰ ਜਿਹੜੀ ਗੱਲ ਸੁਣਾਈ ਇਹ ਸੱਚੀ ਆ, ਥੋੜ੍ਹੇ ਦਿਨ ਪਹਿਲਾਂ ਦੀ ਆ, ਮੇਰੇ ਪੈਟ ਨਾ ਵਾਪਰੀ। ਮੈਸੇਜ ਬੰਦੇ ਨੇ ਲੈਣਾ ਤਾਂ ਬੰਦਾ ਲੈ ਸਕਦਾ, ਕਿਉਂਕਿ ਜਿਹਨੇ ਨਹੀਂ ਲੈਣਾ ਉਹ ਕਦੇ ਨਹੀਂ ਲੈਂਦਾ। ਪਰ ਫਿਲਮ ਵਿੱਚ ਇਹ ਮੈਸੇਜ ਤੁਹਾਨੂੰ ਮਿਲੇਗਾ ਕਿ ਜਿਹੜੇ ਲੋਕ, ਜਿਹੜੇ ਪੋਲੀਟੀਸ਼ੀਅਨ ਜਾਂ ਜਿਹੜੇ ਪ੍ਰਸ਼ਾਸਨ ਦੇ ਕੁਛ ਲੋਕ ਚਿੱਚੜ ਬਣ ਕੇ ਜਵਾਨੀ ਦਾ ਖੂਨ ਚੂਸਦੇ ਨੇ, ਜਿਸ ਦਿਨ ਉਹ ਨੌਜਵਾਨ ਖਤਮ ਹੋ ਜਾਂਦੇ ਨੇ, ਚਾਹੇ ਉਹ ਦੁਨੀਆ ਤੋਂ ਚਲੇ ਜਾਂਦੇ ਨੇ, ਤਾਂ ਫਿਰ ਉਹ ਅਗਲਾ ਟਾਰਗੇਟ ਆਪਣਾ ਚੁਣ ਲੈਂਦੇ ਨੇ। ਸੋ ਮੈਂ ਬੇਨਤੀ ਕਰੂੰਗਾ ਨੌਜਵਾਨਾਂ ਨੂੰ, ਜ਼ਰੂਰ ਫਿਲਮ ਦੇਖਣ ਵਾਸਤੇ ਜਾਇਓ। ਸਤਿ ਸ਼੍ਰੀ ਅਕਾਲ, ਥੈਂਕ ਯੂ ਵੈਰੀ ਮੱਚ ਤੁਸੀਂ ਇੱਥੇ ਆਏ ਹੋ ਸਾਰੇ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਟ੍ਰੇਲਰ ਪਸੰਦ ਆਇਆ ਹੋਵੇਗਾ। ਸਾਡੀ ਫਿਲਮ 10 ਦਸੰਬਰ ਨੂੰ ਆ ਰਹੀ ਹੈ,
ਤੇ ਤੁਸੀਂ ਸਾਰੇ ਪਹੁੰਚੋ ਉੱਥੇ 10 ਦਸੰਬਰ ਨੂੰ ਟੇਕ ਪ੍ਰੀਕਾਸ਼ਨਸ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਮਾਸਕ ਪਾਓ ਸੈਨੇਟਾਈਜ਼ਰ ਯੂਜ਼ ਕਰਕੇ ਥੀਏਟਰ ਜ਼ਰੂਰ ਆਓ